ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਚਰਨਜੀਤ ਸਿੰਘ। ਤੁਸੀਂ ਦੇਖਦੇ ਪਏ ਆਪਣਾ ਯੂਟਿਊਬ ਚੈਨਲ। ਖੇਤੀ ਦੇ ਵਿੱਚ ਬਹੁਤ ਸਾਰੀਆਂ ਬਰੀਕ ਬਰੀਕ ਚੀਜ਼ਾਂ ਹੁੰਦੀਆਂ ਨੇ, ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜੀਆਂ ਇੱਕ ਕਿਸਾਨ ਲਈ, ਆਪਣੇ ਲਈ ਸਿੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਬਹੁਤ ਵੱਡੇ ਪ੍ਰਭਾਵ ਜਿਹੜੇ ਪੈਂਦੇ ਨੇ। ਇਹ ਚੀਜ਼ਾਂ ਆਪਾਂ ਤਾਂ ਹੀ ਸਿੱਖ ਸਕਦੇ ਹਾਂ ਜੇ ਆਪਾਂ ਨੂੰ ਸ਼ੌਂਕ ਹੈ, ਆਪਾਂ ਸ਼ੌਂਕੀਆ ਤੌਰ 'ਤੇ ਵਾਈ ਜੇ ਕਰਦੇ ਹਾਂ, ਖੇਤੀ ਕਰਦੇ ਹਾਂ, ਤਾਂ ਇਹ ਗੱਲਾਂ ਜਿਹੜੀਆਂ ਆਪਣੇ ਸਮਝ ਦੇ ਵਿੱਚ ਆ ਸਕਦੀਆਂ ਨੇ। ਅੱਜ ਦੀ ਇਸ ਵੀਡੀਓ 'ਚ ਆਪਾਂ ਪੌਦਿਆਂ 'ਚ, ਫਸਲਾਂ 'ਚ ਆਉਣ ਵਾਲੀ ਸਟ੍ਰੈੱਸ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਜਿਹੜੇ ਨਵੇਂ ਕਿਸਾਨ ਪਹਿਲੀ ਵਾਰੀ ਆਪਣੇ ਚੈਨਲ 'ਤੇ ਆਏ ਨੇ, ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਲੱਗਾ ਬੈਲ ਦਾ ਬਟਨ ਵੀ ਦਬਾ ਲਓ, ਤਾਂ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਸਟ੍ਰੈੱਸ ਜਿੰਨੀ ਇਨਸਾਨ ਲਈ ਖਤਰਨਾਕ ਹੈ, ਇੰਨੀ ਹੀ ਪੌਦਿਆਂ ਲਈ ਵੀ ਖਤਰਨਾਕ ਹੈ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਇਹਦੇ ਕੀ ਕੀ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਜਿਹੜੀ ਫਸਲ ਸਟ੍ਰੈੱਸ ਦੇ ਵਿੱਚ ਆ ਜਾਂਦੀ ਹੈ, ਉਹਦੇ ਐਸਟੋਮੈਟਾ ਜਿਹੜੇ ਨੇ ਕੰਮ ਕਰਨਾ ਬੰਦ ਕਰਦੇ ਨੇ, ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ। ਕਲੋਰੋਫਿਲ ਜਿਹੜੀ ਹੈ ਬਹੁਤ ਘੱਟ ਬਣਦੀ ਹੈ ਜਾਂ ਨਹੀਂ ਬਣਦੀ। ਉਹਦੀ ਜਿਹੜੀ ਫਲਾਵਰਿੰਗ ਹੁੰਦੀ ਹੈ, ਸਮੇਂ ਤੋਂ ਪਹਿਲਾਂ ਫਲਾਵਰਿੰਗ ਆ ਜਾਂਦੀ ਹੈ। ਜਿਹੜੀ ਫਸਲ ਸਟ੍ਰੈੱਸ ਦੇ ਵਿੱਚ ਆਉਂਦੀ ਹੈ, ਉਹਦੇ ਫੁੱਲ ਜਿਹੜੇ ਆ ਬਹੁਤ ਜਲਦੀ ਨਿਕਲਣੇ ਸਟਾਰਟ ਹੋ ਜਾਂਦੇ ਨੇ, ਅਤੇ ਉਹ ਫੁੱਲ ਕਦੀ ਵੀ ਫਲ ਨਹੀਂ ਬਣਦੇ। ਉਹ ਫੁੱਲ ਟੈਂਪਰੇਰੀ ਤਰੀਕੇ ਦੇ ਨਾਲ ਬਹੁਤ ਜਲਦੀ ਗਰੋ ਕਰਦੇ ਨੇ, ਪਰ ਕੁਝ ਕੁ ਸਮੇਂ ਦੇ ਵਿੱਚ ਹੀ ਉਹ ਫੁੱਲ ਜਿਹੜੇ ਆ ਝੜ ਜਾਂਦੇ ਨੇ। ਜੇ ਫਲ ਬਣਦਾ ਵੀ ਹੈ, ਅੱਬਲ ਤਾਂ 90% ਚਾਂਸ ਹੈ ਕਿ ਸਟ੍ਰੈੱਸ ਵਿੱਚ ਜਿਹੜੇ ਪੌਦੇ ਆ ਜਾਂਦੇ ਨੇ ਉਹਨਾਂ ਦੇ ਉੱਪਰ ਫਲ ਜਿਹੜਾ ਬਹੁਤ ਘੱਟ ਬਣਦਾ ਹੈ। ਪਰ ਜੇ ਫਲ ਕਿਤੇ ਬਣ ਵੀ ਜਾਂਦਾ ਹੈ ਇੱਕ ਅੱਧਾ, ਤਾਂ ਉਹ ਛੇਤੀ ਗਿਰ ਜਾਂਦਾ ਹੈ, ਉਹ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਉਹਦੀ ਗਰੋਥ ਜਿਹੜੀ ਹੈ ਨਹੀਂ ਹੁੰਦੀ। ਹੁਣ ਆਪਾਂ ਜਾਣਦੇ ਹਾਂ ਇਹਦੇ ਕੀ ਕਾਰਨ ਹੁੰਦੇ ਨੇ। ਜਦੋਂ ਆਪਣੀ ਕੋਈ ਫਸਲ ਸਟ੍ਰੈੱਸ ਦੇ ਵਿੱਚ ਆਉਂਦੀ ਹੈ, ਤਾਂ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਪਹਿਲੇ ਨੰਬਰ 'ਤੇ, ਜਦੋਂ ਆਪਣੀ ਫਸਲ ਨੂੰ ਜ਼ਿਆਦਾ ਸੋਕਾ ਲੱਗ ਜਾਂਦਾ ਹੈ, ਜ਼ਿਆਦਾ ਡੋਬਾ ਲੱਗ ਜਾਂਦਾ ਹੈ, ਕਿਸੇ ਫੰਗਸ ਦਾ ਅਟੈਕ ਹੋ ਜਾਂਦਾ ਹੈ, ਵਾਇਰਸ ਦਾ ਅਟੈਕ ਹੋ ਜਾਂਦਾ ਹੈ, ਬੈਕਟੀਰੀਆ ਦਾ ਅਟੈਕ ਹੋ ਜਾਂਦਾ ਹੈ, ਜਾਂ ਫਿਰ ਕਿਸੇ ਕੀਟ ਦਾ ਅਟੈਕ ਹੋ ਜਾਂਦਾ ਹੈ, ਜੇ ਆਪਾਂ ਉਹਦੀ ਰੋਕਥਾਮ ਕਰ ਵੀ ਲੈਂਦੇ ਹਾਂ, ਉਹਦੇ ਤੋਂ ਬਾਅਦ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਜੇ ਇਹਨਾਂ ਚੀਜ਼ਾਂ ਦੀ ਆਪਣੀਆਂ ਫਸਲਾਂ ਦੇ ਉੱਪਰ ਇਹਨਾਂ ਚੀਜ਼ਾਂ ਦਾ ਹਮਲਾ ਜਿਹੜਾ ਹੋ ਜਾਂਦਾ, ਤਾਂ ਉਹਦੇ ਤੋਂ ਬਾਅਦ ਦੇ ਵਿੱਚ ਆਪਣੀ ਫਸਲ ਜਿਹੜੀ ਹੈ ਸਟ੍ਰੈੱਸ ਦੇ ਵਿੱਚ ਆਉਣੀ ਲਾਜ਼ਮੀ ਹੋ ਜਾਂਦੀ ਹੈ। ਇਹਨਾਂ ਤੋਂ ਇਲਾਵਾ ਵੀ ਜੇ ਆਪਾਂ ਰੂੜੀ ਦੀ ਖਾਦ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਈਏ, ਜੇ ਆਪਾਂ ਲੋੜ ਤੋਂ ਬਿਨਾਂ ਜਿਬਰੈਲਿਕ ਐਸਿਡ ਦੀ ਵਰਤੋਂ ਕਰਦੇ ਹਾਂ, ਜਾਂ ਫਿਰ ਆਪਣੀ ਮਿੱਟੀ ਠੀਕ ਨਹੀਂ ਹੈ, ਆਪਣਾ ਪਾਣੀ ਖਰਾਬ ਹੈ, ਜਾਂ ਆਪਣੀ ਜ਼ਮੀਨ ਦਾ PH ਲੈਵਲ ਜ਼ਿਆਦਾ ਹੈ, ਤਾਂ ਇਹ ਜਿੰਨੇ ਵੀ ਕਾਰਨ ਮੈਂ ਤੁਹਾਨੂੰ ਦੱਸੇ ਆ, ਇਹਨਾਂ ਸਾਰੇ ਹੀ ਕਾਰਨਾਂ ਦੇ ਕਰਕੇ ਆਪਣੀ ਫਸਲ ਜਿਹੜੀ ਹੈ ਸਟ੍ਰੈੱਸ ਦੇ ਵਿੱਚ ਆਉਂਦੀ ਹੈ। ਸਟ੍ਰੈੱਸ ਦੀ ਪਛਾਣ ਕਰਨੀ ਬਹੁਤ ਜ਼ਿਆਦਾ ਫਸਲਾਂ ਦੇ ਵਿੱਚ ਮੁਸ਼ਕਲ ਹੋ ਜਾਂਦੀ ਹੈ। ਆਪਾਂ ਕਈ ਵਾਰੀ ਆਪਣੀ ਫਸਲ ਸਟ੍ਰੈੱਸ ਦੇ ਵਿੱਚ ਹੁੰਦੀ ਹੈ, ਆਪਾਂ ਕੋਈ ਹੋਰ ਹੀ ਉੱਪਰ ਖਾਦਾਂ ਪਾਈ ਜਾਂਦੇ ਹਾਂ ਜਾਂ ਕੁਝ ਕਰੀ ਜਾਂਦੇ ਹਾਂ, ਕਿ ਫਸਲ ਦੀ ਗਰੋਥ ਕਿਉਂ ਨਹੀਂ ਹੁੰਦੀ। ਫਸਲ ਦੀ ਗਰੋਥ ਰੋਕਣ ਦੇ ਪਿੱਛੇ ਇੱਕ ਵੱਡਾ ਕਾਰਨ ਹੁੰਦਾ ਹੈ ਸਟ੍ਰੈੱਸ। ਜਿਹੜੀ ਫਸਲ ਦੀ ਗਰੋਥ ਰੁਕ ਗਈ ਹੈ, ਆਪਾਂ ਸਾਰੀਆਂ ਖਾਦਾਂ ਪੂਰੀਆਂ ਕਰਨ ਤੋਂ ਬਾਅਦ ਦੇ ਵਿੱਚ ਵੀ ਉਹ ਫਸਲ ਆਪਣੀ ਸਹੀ ਤਰੀਕੇ ਦੇ ਨਾਲ ਨਹੀਂ ਚੱਲਦੀ, ਸਹੀ ਤਰੀਕੇ ਦੇ ਨਾਲ ਉਹਦੀ ਗਰੋਥ ਜਿਹੜੀ ਹੈ ਨਹੀਂ ਹੁੰਦੀ, ਜਾਂ ਆਪਣੀ ਇੱਕੋ ਹੀ ਜ਼ਮੀਨ ਹੈ ਪਰ ਇੱਕ ਬੰਨਿਓ ਆਪਣੀ ਫਸਲ ਜਿਹੜੀ ਹੈ ਕਮਜ਼ੋਰ ਹੈ, ਦੂਜੇ ਬੰਨਿਓ ਉਹੀ ਫਸਲ ਜਿਹੜੀ ਹੈ ਬਹੁਤ ਵਧੀਆ ਹੈ, ਇੱਕੋ ਹੀ ਪਾਣੀ ਲੱਗਦਾ ਹੈ, ਇੱਕੋ ਹੀ ਜ਼ਮੀਨ ਹੈ, ਫਸਲ ਜਿਹੜੀ ਕਮਜ਼ੋਰ ਦਿਖਾਈ ਦਿੰਦੀ ਹੈ, ਤਾਂ ਇੱਥੇ ਆਪਾਂ ਸਮਝ ਸਕਦੇ ਹਾਂ ਕਿ ਆਪਣੀ ਫਸਲ ਜਿਹੜੀ ਹੈ ਸਟ੍ਰੈੱਸ ਦੇ ਵਿੱਚ ਹੋ ਸਕਦੀ ਹੈ, ਜਾਂ ਆਪਣੀ ਫਸਲ ਬਿਨਾਂ ਵਜ੍ਹਾ ਮੁਰਝਾਈ ਦਿਖਾਈ ਦਿੰਦੀ ਹੈ, ਤਾਂ ਇਹ ਕੁਝ ਕਾਰਨ ਹੋ ਸਕਦੇ ਨੇ ਕਿ ਆਪਣੀ ਫਸਲ ਜਿਹੜੀ ਹੈ ਸਟ੍ਰੈੱਸ ਦੇ ਵਿੱਚ ਹੈ। ਹੋਰ ਕੋਈ ਜ਼ਿਆਦਾ ਇਹਦੀਆਂ ਨਿਸ਼ਾਨੀਆਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਆਂ। ਹੁਣ ਆਪਾਂ ਗੱਲ ਕਰਦੇ ਹਾਂ ਇਹਦਾ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਮੈਂ ਜਿਹੜੀਆਂ ਤੁਹਾਨੂੰ ਪਿੱਛੇ ਗੱਲਾਂ ਦੱਸੀਆਂ ਨੇ, ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਣਾ ਹੈ, ਇਹਨਾਂ ਦੇ ਵਿੱਚੋਂ ਆਪਾਂ ਕੋਈ ਵੀ ਗਲਤੀ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਹੈ ਨਹੀਂ ਹੋਣ ਦੇਣੀ। ਹੁਣ ਜੇ ਸਟ੍ਰੈੱਸ ਆ ਹੀ ਜਾਂਦੀ ਹੈ, ਤਾਂ ਵੈਸੇ ਨੈਚੁਰਲ ਚੀਜ਼ ਹੈ, ਇਹਨੂੰ ਆਪਾਂ ਕੰਟਰੋਲ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ, ਪਰ ਜੇ ਆਪਾਂ ਆਪਣੀ ਫਸਲ ਦੇ ਉੱਪਰ ਐਮੀਨੋ ਐਸਿਡ ਦੀ ਵਰਤੋਂ ਕਰਦੇ ਹਾਂ, ਸਟ੍ਰੈੱਸ 'ਚ ਆਉਣ ਤੋਂ ਪਹਿਲਾਂ ਆਪਾਂ ਐਮੀਨੋ ਐਸਿਡ ਦੀ ਵਰਤੋਂ ਆਪਣੀ ਫਸਲ ਦੇ ਉੱਪਰ ਕਰਦੇ ਹਾਂ, ਤਾਂ ਕਾਫੀ ਹੱਦ ਤੱਕ ਇਹਦੇ ਤੋਂ ਬਚਾਅ ਹੋ ਸਕਦਾ ਹੈ। ਹੋਰ ਕੋਈ ਪੱਕੇ ਤੌਰ ਦੇ ਉੱਪਰ ਇਹਦਾ ਕੋਈ ਇਲਾਜ ਜਿਹੜਾ ਨਹੀਂ ਹੈਗਾ, ਕਿਉਂਕਿ ਇਹ ਇੱਕ ਨੈਚੁਰਲ ਚੀਜ਼ ਹੈ, ਇੱਕ ਕੁਦਰਤੀ ਚੀਜ਼ ਹੋ ਜਾਂਦੀ ਹੈ। ਜਿਹੜੀ ਫਸਲ ਸਟ੍ਰੈੱਸ ਦੇ ਵਿੱਚ ਆ ਜਾਂਦੀ, ਉਹਦੇ ਕਾਰਨ ਜਿੰਨੇ ਵੀ ਕਾਰਨ ਮੈਂ ਤੁਹਾਨੂੰ ਪਿੱਛੇ ਦੱਸੇ ਨੇ, ਇੱਕ ਜੇ ਤੁਹਾਡੀ ਫਸਲ ਦੇ ਉੱਪਰ ਕਾਫੀ ਜ਼ਿਆਦਾ ਕੀਟਾਂ ਦਾ ਹਮਲਾ ਹੋ ਜਾਂਦਾ ਹੈ, ਕਾਫੀ ਜ਼ਿਆਦਾ ਕੀੜੇ ਮਕੌੜਿਆਂ ਦਾ ਹਮਲਾ ਹੋ ਜਾਂਦਾ ਹੈ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਹਨਾਂ ਕੀੜੇ ਮਕੌੜਿਆਂ ਦਾ ਕੰਟਰੋਲ ਵੀ ਕਰ ਲੈਂਦੇ ਹੋ, ਤਾਂ ਉਸ ਤੋਂ ਬਾਅਦ ਤੁਹਾਡੀ ਫਸਲ ਜਿਹੜੀ ਹੈ ਸਟ੍ਰੈੱਸ ਵਿੱਚ ਆਉਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਨੇ। ਇਹੀ ਕਾਰਨ ਹੁੰਦਾ ਹੈ ਕਿ ਜਿੰਨਾ ਆਪਣੀ ਫਸਲ ਦੇ ਵਿੱਚ ਕੀੜੇ ਮਕੌੜੇ ਨੁਕਸਾਨ ਨਹੀਂ ਕਰਦੇ, ਕੀੜੇ ਮਕੌੜੇ ਆਉਣ ਤੋਂ ਬਾਅਦ ਦੇ ਵਿੱਚ ਜਿਹੜੀ ਆਪਣੀ ਫਸਲ ਸਟ੍ਰੈੱਸ ਦੇ ਵਿੱਚ ਚਲੀ ਜਾਂਦੀ ਹੈ, ਉਹਦੇ ਕਾਰਨ
ਜ਼ਿਆਦਾ ਝਾੜ ਦੇ ਉੱਪਰ ਨੁਕਸਾਨ ਆਪਾਂ ਨੂੰ ਹੁੰਦਾ ਹੈ। ਸੋ ਇਹ ਜਿੰਨੀਆਂ ਵੀ ਚੀਜ਼ਾਂ ਨੇ ਆਪਾਂ ਆਪਣੀ ਮਿੱਟੀ ਦਾ ਪੀਐਚ ਲੈਵਲ ਜਿਹੜਾ ਹੈ ਉਹ ਮੇਨਟੇਨ ਰੱਖਣਾ ਹੈ, ਆਪਣੇ ਪਾਣੀ ਦਾ ਪੀਐਚ ਲੈਵਲ ਮੇਨਟੇਨ ਰੱਖਣਾ ਹੈ, ਮਿੱਟੀ ਪਾਣੀ ਆਪਾਂ ਜਿਹੜਾ ਟੈਸਟ ਕਰਵਾ ਕੇ ਰੱਖਣਾ ਹੈ। ਬਿਨਾਂ ਲੋੜ ਤੋਂ ਆਪਾਂ ਬਹੁਤੀਆਂ ਖਾਦਾਂ ਦੀ ਵਰਤੋਂ ਆਪਣੀ ਜ਼ਮੀਨ ਦੇ ਵਿੱਚ ਨਹੀਂ ਕਰਨੀ। ਓਵਰ ਡੋਜ਼ ਆਪਾਂ ਸਪਰੇਆਂ ਜਿਹੜੀਆਂ ਕਰਦੇ ਹਾਂ, ਓਵਰ ਡੋਜ਼ ਪਾ ਕੇ ਆਪਾਂ ਕੋਈ ਵੀ ਸਪਰੇ ਜਿਹੜੀ ਆਪਣੀ ਫਸਲ ਦੇ ਉੱਪਰ ਹੈ ਉਹ ਨਹੀਂ ਕਰਨੀ। ਜ਼ਿਆਦਾਤਰ ਆਪਾਂ ਜਿਹੜੇ ਹਿਊਮਿਕ ਐਸਿਡ, ਜਬਰੈਲਿਕ ਐਸਿਡ ਨੇ, ਇਹਨਾਂ ਦੀ ਵਰਤੋਂ ਕਰਨ ਤੋਂ ਆਪਾਂ ਬਚਾਅ ਕਰਨਾ ਹੈ। ਇਹੀ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਆਪਾਂ ਧਿਆਨ ਦਿੰਦੇ ਹਾਂ ਤਾਂ ਆਪਣੀ ਫਸਲ ਜਿਹੜੀ ਹੈ ਸਟ੍ਰੈੱਸ ਦੇ ਵਿੱਚ ਆਉਣ ਤੋਂ ਬਚਾਅ ਹੁੰਦਾ। ਇਹਨਾਂ ਚੀਜ਼ਾਂ ਨੂੰ ਜੇ ਆਪਾਂ ਸਮਝਦੇ ਹਾਂ ਤਾਂ ਆਪਾਂ ਬਹੁਤ ਜ਼ਿਆਦਾ ਹੱਦ ਤੱਕ ਆਪਣਾ ਝਾੜ ਜਿਹੜਾ ਇਨਕਰੀਜ਼ ਕਰ ਸਕਦੇ ਹਾਂ। ਆਪਾਂ ਜਿੰਨੀਆਂ ਮਰਜ਼ੀ ਖਾਦਾਂ ਪਾਈ ਜਾਈਏ, ਜੋ ਮਰਜ਼ੀ ਕਰੀ ਜਾਈਏ, ਪਰ ਇਹ ਬਰੀਕ ਬਰੀਕ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਸਿੱਖਣਾ, ਇਹਨਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਸੋ ਇਸ ਵੀਡੀਓ 'ਚ ਇੰਨਾ ਕੀ ਸੀ, ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਜਾਂ ਮੇਰੇ ਦੱਸਣ ਦੇ ਵਿੱਚ ਕੁਝ ਕਮੀ ਰਹਿ ਗਈ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਆ ਕਰੋ। ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਾਇਆ ਕਰੋ। ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।